ਵੀ ਜਿੱਥੇ ਜਾਣਾ ਨਾ ਜੀ, ਉਹ ਪਟਵਾਰੀ ਸਾਹਿਬ ਆ ਗਿਆ ਜੀ, ਪਟਵਾਰੀ ਸਾਹਿਬ ਆ ਗਿਆ, ਬੈਠੋ ਜੀ ਬੈਠੋ ਜੀ ਬੈਠੋ ਜੀ, ਰੋਟੀ ਖਾਓ ਨਹੀਂ, ਚਾਹ ਤਾਂ ਪੀ ਲਓ, ਹੋਰ ਕੁਛ ਨਹੀਂ ਲੈ। ਮੈਂ ਜੀ ਜਾ ਕੇ ਦੋ ਚਾਰ ਸਾਹ ਪਾਏ ਇਸ ਉੱਪਰ ਅਤੇ ਮੁਕਾਬਲਾ ਬਰਾਬਰ ਕਰਤਾ, ਬਰਾਬਰ ਕਰਕੇ ਅਤੇ ਉਹ ਜਿਹੜਾ ਸੀ ਨਾ ਜੀ, ਫਿਰ ਉਹਨਾਂ ਨੇ ਲੜਾਈ ਪਾ ਦਿੱਤੀ, ਹੈਂਜੀ, ਉਹ ਮੁਖਾਲਫਾਂ ਨੇ ਲੜਾਈ ਪਾ ਦਿੱਤੀ। ਕੋਈ ਪਤਾ ਨਾ ਚੱਲੇ ਵੀ ਕੌਣ ਮਾਰਦਾ, ਕਿਹਨੂੰ ਪੈਂਦੀ ਆ, ਕੀ ਹੁੰਦਾ। ਤੋਬਾ ਤੋਬਾ ਤੋਬਾ। ਉਹਨੇ ਜਨਾਬ ਅੱਧ ਕਿਲੋ ਗੋਸ਼ਤ ਜਿਹੜਾ ਹੈ ਨਾ, ਉਦੋਂ ਨਾਗੇ ਨਹੀਂ ਸੀ ਹੁੰਦੇ, ਅੱਧ ਕਿਲੋ ਗੋਸ਼ਤ ਉਹਨੇ ਰੋਜ਼, ਉਹਨੂੰ ਪਤਾ ਸੀ ਵੀ ਜਾਏ ਦਸਤੀ ਖਾਂਦੇ ਆ ਜਾਂ ਚਾਂਪ ਖਾਂਦੇ ਆ, ਹਾਂਜੀ, ਜਾਂ ਪੁੱਠ ਦਾ ਗੋਸ਼ਤ ਖਾਂਦੇ ਆ, ਉਹਨੇ ਅੱਧ ਕਿਲੋ ਰੋਜ਼ ਸਾਡੇ ਘਰ ਭੇਜ ਦੇਣਾ। ਇੱਕ ਤਾਂ ਮੇਰੀ ਪੱਕੀ ਆਦਤ ਜਿਹੜੀ ਆ, ਖਾਣਾ ਖਾ ਕੇ ਰਾਤ ਨੂੰ ਨਾ ਜਿਹੜਾ ਹੈਗਾ ਉਹ ਜ਼ਰੂਰ ਟੁਰਨਾ। ਵਾਹ, ਹਾਂਜੀ, ਜ਼ਰੂਰ ਟੁਰਨਾ। ਬਾਬਾ ਜੀ, ਹਾਂਜੀ, ਤੁਹਾਡੀ ਉਮਰ ਮਾਸ਼ਾਅੱਲਾ 98 ਸਾਲ ਹੋ ਗਈ ਜੀ, 98 ਸਾਲ। 1925-26 ਦੀ ਪੈਦਾਇਸ਼ ਹੈ ਤੁਹਾਡੀ ਜੀ। ਪਾਕਿਸਤਾਨ ਬਣਿਆ ਤੇ ਤੁਸੀਂ 3 ਸਾਲਾਂ ਦੇ ਬੇਟੇ ਦੇ ਬਾਪ ਸੀ, ਡੇਢ ਪੌਣੇ 2 ਸਾਲ, ਚਲੋ 2 ਸਾਲ ਦਾ। ਮਾਸ਼ਾਅੱਲਾ ਅੱਜ ਵੀ ਤੁਹਾਡੀ ਸਿਹਤ ਬੜੀ ਕਾਇਮ ਹੈ ਤੇ ਤੁਹਾਡੇ ਨਾਲ ਮੈਂ ਪਿਛਲੇ 2 ਘੰਟਿਆਂ ਤੋਂ ਗੱਲਾਂ ਕਰ ਰਿਹਾ, ਘੰਟੇ 2 ਘੰਟਿਆਂ ਤੋਂ, ਤੁਹਾਡਾ ਦਿਮਾਗ ਵੀ ਕਾਇਮ ਹੈ, ਸਿਹਤ ਵੀ ਕਾਇਮ ਹੈ, ਮਾਸ਼ਾਅੱਲਾ। ਸਾਨੂੰ ਇਹ ਸਿਹਤ ਦਾ ਰਾਜ਼ ਦੱਸੋ। ਅੱਲਾ ਦੀ ਮਿਹਰਬਾਨੀ ਆ ਜੀ। ਦੂਸਰਾ ਇਹ ਆ ਵੀ ਆਪਣਾ ਵਾਲਦੈਨ ਦੀ ਦੇਖਭਾਲ ਸੀ, ਹੈ ਜੀ, ਖਾਣ ਪੀਣ ਦੀ ਜਿਹੜਾ ਸੀਗਾ, ਅੱਛੇ ਤੋਂ ਅੱਛਾ ਖਾਣਾ ਜਿਹੜਾ ਹੈਗਾ ਉਹ ਦੇਣਾ ਕਰਨਾ, ਹੈ ਜੀ, ਅਤੇ ਹੋਰ ਸਿਹਤ ਬਸ ਇਹੀ ਸੀ, ਅੱਛਾ ਖਾਣਾ ਪੀਣਾ ਜਿਹੜਾ। ਮੈਨੂੰ ਪਤਾ ਲੱਗਿਆ ਤੁਸੀਂ ਕਬੱਡੀ ਦੇ ਖਿਲਾੜੀ ਵੀ ਸੀ। ਕਬੱਡੀ ਦਾ ਖਿਲਾੜੀ ਤਾਂ ਜੀ ਬਹੁਤ ਸੀ, ਮਸ਼ਹੂਰ ਸੀ ਮੈਂ। ਅੱਛਾ ਜੀ, ਮਸ਼ਹੂਰ ਸੀ। ਇੱਕ ਮੇਲੇ 'ਤੇ ਮੈਂ ਮੁਲਾਜ਼ਮਤ ਵੀ ਕਰਦਾ ਸੀ, ਉਦੋਂ ਮੈਨੂੰ ਛੱਡਦੇ ਨਹੀਂ ਸੀ ਜਦੋਂ ਨਾ ਕਿਤੇ ਟੀਮਾਂ ਹੁੰਦੇ ਸੀ ਮੁਕਾਬਲੇ। ਹਾਂ, ਤੁਸੀਂ ਪਟਵਾਰੀ ਰਹੇ ਹੋ? ਹਾਂ, ਪਟਵਾਰੀ ਹਾਂ। ਅੱਛਾ ਜੀ, ਜਦੋਂ ਉਹਨਾਂ ਦੇ ਮੁਕਾਬਲੇ ਹੁੰਦੇ ਸੀ ਫਿਰ ਉਹ ਮੈਨੂੰ ਲੈ ਜਾਂਦੇ ਸੀ, ਕਈ ਧੋ ਕੇ ਲੈ ਜਾਂਦੇ। ਮੈਂ ਕਹਿੰਦਾ ਯਾਰ ਨਹੀਂ, ਹੁਣ ਨਹੀਂ ਸੂਤ, ਦੁਨੀਆ ਸਾਰੀ ਜਾਣਦੀ ਆ, ਬਗਾਨੇ ਪੁੱਤ ਜਿਹੜੇ ਆ ਉਹਨਾਂ ਮਾਰ ਮਾਰ ਧੌਲਾ ਮੂੰਹ ਸਜਾ ਦੇਣੇ, ਹੈ ਜੀ, ਅਤੇ ਜਿਹੜਾ ਮੈਂ ਕਹਿੰਦੀ ਨਹੀਂ ਨਹੀਂ, ਅਸੀਂ ਸਭ ਫਿਰ ਹਾਰ ਜਾਵਾਂਗੇ, ਫਿਰ ਜਾਣਾ। ਇੱਕ ਥਾਂ ਜੀ ਤੋਬਾ ਤੋਬਾ, ਇੰਨੀ ਖਲਕਤ ਜਿਹਦਾ ਹਿਸਾਬ ਕੋਈ ਨਹੀਂ, ਬਹੁਤ ਦਿਲ ਦਾ ਮੁਕਾਬਲਾ ਸੀ। ਉਹਨਾਂ ਨੇ ਆਖਿਆ ਸੀ ਇੱਧਰੋਂ ਜਿਹੜਾ ਹੈਗਾ ਚੀਚਾ ਵਤਨੀ ਤੋਂ ਮੁਲਤਾਨ ਤਾਂ ਜਿਹੜੇ ਪਲੇਅਰ ਹੈਗੇ ਉਹ ਲੈ ਆਓ। ਉਹਨਾਂ ਕਿਹਾ ਇੱਧਰੋਂ ਲਾਹੌਰ ਦੇ, ਦੂਸਰੀ ਉਹਨਾਂ ਕਿਹਾ ਲਾਹੌਰ ਦੇ ਜਿੰਦੇ ਪਲੇਅਰ ਲੈ ਆਓ, ਹੈਂਜੀ, ਅੱਜ ਦੇਖ ਲਓ, ਅੱਜ ਇੱਕ ਜੋ ਹੋਜੂ। ਬਸ ਜੀ, ਬਹੁਤ ਪਬਲਿਕ ਇਕੱਠੀ ਹੋਈ ਸੀ। ਉਹ ਜਦੋਂ ਨਾ ਜੀ ਲੱਗੇ ਇਕੱਠੇ ਖੇਡ ਸ਼ੁਰੂ ਹੋਈ ਤਾਂ ਉਹ ਜਿਹੜੀ ਇਹਦੀ ਪਾਰਟੀ ਜੀ ਜਿਹੜਾ ਮੇਰੇ ਹਲਕੇ 'ਚ ਸੀ ਉਹ ਲੱਗੇ ਹਨ, ਉਹਨਾਂ ਆ ਕੇ ਜੀ ਮੇਰੀ ਤਰਲਾ ਕੀਤਾ। ਉਹ ਕਹਿਣ ਲੱਗੇ ਵੀ ਜੋ ਮਰਦੇ ਸਾਨੂੰ ਹਰਾਉਣਾ ਜਿਹਾ ਬੀ ਸੀ ਹੋਊ ਬਹੁਤ ਜ਼ਿਆਦਾ ਸਾਰੇ ਪਾਕਿਸਤਾਨ 'ਚ। ਉਹ ਬੜੇ ਅਮੀਰ ਆਦਮੀ ਜਿਹੜੇ ਮੇਜਰ ਤਾਜ, ਸ਼ਾਇਦ ਤੁਸੀਂ ਸੁਣਿਆ ਹੋਊਗਾ, 145 ਲੈਵਲ ਸੀ ਉਹ ਭਰਾ ਉਹਦਾ, ਹਾਜੀ ਮੁਹੰਮਦੀਨ ਨਸੀਰਦੀਨ, 12-14 ਮੁਰੱਬੇ ਉਹਨਾਂ ਦੇ ਭਰਾ ਜ਼ਮੀਨ ਦੇ ਸੀ,
ਉਹਨਾਂ ਮੁੱਲ ਲਏ ਜਿਹੜੇ ਇੱਧਰ ਆ ਕੇ, ਬਾਕੀ ਉਹਨਾਂ ਦੀ ਆਪਣੀ ਘਰ ਦੀ ਬਹੁਤ ਅਮੀਰ ਆਦਮੀ ਸੀ। ਉਹਨਾਂ ਦਾ ਮੁੰਡਾ ਇੱਕ ਜਿਹੜਾ ਨਾ ਸੀ, ਉਹ ਵੀ ਪਲੇਅਰ ਸੀ, ਇੱਕ 78 ਚੱਕ ਦਾ ਜੋਜਾ ਦਾ ਸੀ, ਬਾਗ ਅਲੀ। ਉਹ ਬਾਗ ਅਲੀ ਜਿਹੜਾ ਸੀ ਉਹਨਾਂ ਦਾ ਬਹੁਤ ਮੁਕਾਬਲਾ ਸੀ। ਉਹ ਮੇਰਾ ਜੀ ਮਿੰਤਾ ਕਰਦਾ ਪਿਆ, ਮੈਂ ਕਿਹਾ ਅੱਛਾ ਚਲੋ ਵੀ ਗਿਆ। ਮੈਂ ਜੀ ਜਾ ਕੇ 2-4 ਸਾਹ ਪਾਏ ਇਸ ਉੱਪਰ ਅਤੇ ਮੁਕਾਬਲਾ ਬਰਾਬਰ ਕਰਤਾ। ਬਰਾਬਰ ਕਰਕੇ ਅਤੇ ਉਹ ਜਿਹੜਾ ਸੀ ਨਾ ਜੀ, ਫਿਰ ਉਹਨਾਂ ਨੇ ਲੜਾਈ ਪਾ ਦਿੱਤੀ। ਹਾਂਜੀ, ਉਹ ਮੁਖਾਲਫਾਂ ਨੇ ਲੜਾਈ ਪਾ ਦਿੱਤੀ। ਕੋਈ ਪਤਾ ਨਾ ਚੱਲੇ ਵੀ ਕੌਣ ਮਾਰਦਾ, ਕਿਹਨੂੰ ਪੈਂਦੀ ਆ, ਕੀ ਹੁੰਦਾ। ਤੋਬਾ ਤੋਬਾ ਤੋਬਾ। ਹਾਂ, ਮੈਨੂੰ ਤਾਂ ਫਿਰ ਕਿਹਨੇ ਕੁਛ ਨਾ ਆਖਿਆ। ਮੈਂ ਉਹ ਕੱਪੜੇ ਤੁਹਾਡੀ ਖੁਰਾਕ ਕੀ ਸੀ? ਦੁੱਧ ਪੀਂਦੇ ਸੀ? ਖੁਰਾਕ ਜੀ ਮੇਰੀ ਇਹ ਸੀ, ਅੱਲਾ ਦੀ ਮਿਹਰਬਾਨੀ, ਮੱਝਾਂ ਘਰ ਹੁੰਦੀਆਂ ਸੀ, ਦੁੱਧ ਪੀਣਾ, ਮੱਖਣ ਖਾਣਾ, ਦਹੀਂ ਖਾਣਾ, ਹੈਂਜੀ, ਗੋਸ਼ਤ ਖਾਣਾ, ਮੁਰਗੀਆਂ ਰੱਖੀਆਂ ਹੋਣੀਆਂ, ਅੰਡੇ ਖਾਣੇ, ਅੱਛੀ ਤੋਂ ਅੱਛੀ ਅੱਲਾ ਖੁਰਾਕ ਦਿੰਦਾ ਰਿਹਾ। ਗੋਸ਼ਤ ਹਫ਼ਤੇ 'ਚ ਕਿੰਨੇ ਦਿਨ ਗੋਸ਼ਤ ਖਾਂਦੇ ਰਹੇ ਹੋ? ਗੋਸ਼ਤ ਜੀ ਮੈਂ ਘਰ ਗਏ ਸੀ, ਉੱਥੇ ਮੇਰੇ ਗੁਆਂਢ ਜਿਹੜਾ ਸੀ ਨਾ ਬੰਦਾ, ਨਮਾਜ਼ੀ ਪਰਹੇਜ਼ਗਾਰ, ਉਹ ਇਹ ਗੋਸ਼ਤ ਦਾ ਕੰਮ ਕਰਦਾ ਸੀ। ਉਦੋਂ ਹੁੰਦਾ ਸੀ 1.5 ਰੁਪਏ ਦਾ ਕਿਲੋ ਬੱਕਰੇ ਦਾ ਗੋਸ਼ਤ, ਉਸ ਜ਼ਮਾਨੇ 1.5 ਰੁਪਏ ਦਾ ਕਿਲੋ ਹੈ। ਉਹਨੇ ਮੈਨੂੰ ਆਗਣ ਕਹਿਣਾ, ਚੌਧਰੀ ਸਾਹਿਬ 20 ਰੁਪਈਏ ਦਿਓ, ਮੈਂ ਬੱਕਰਾ ਲੈਣਾ। ਉਹ 20 ਰੁਪਈਏ ਲੈ ਲੈਣੇ, ਉਹਨੇ ਬੱਕਰਾ ਲੈਣਾ। ਉਹਨੇ ਜਨਾਬ ਅੱਧ ਕਿਲੋ ਗੋਸ਼ਤ ਜਿਹੜਾ ਹੈ ਨਾ, ਉਦੋਂ ਰਾਗੇ ਨਹੀਂ ਸੀ ਹੁੰਦੇ, ਅੱਧ ਕਿਲੋ ਗੋਸ਼ਤ ਉਹਨੇ ਰੋਜ਼, ਉਹਨੂੰ ਪਤਾ ਸੀ ਵੀ ਜਾਏ ਦਸਤੀ ਖਾਂਦੇ ਆ ਜਾਂ ਚਾਂਪ ਖਾਂਦੇ ਆ, ਹਾਂਜੀ, ਜਾਂ ਪੁੱਠ ਦਾ ਗੋਸ਼ਤ ਖਾਂਦੇ ਆ, ਉਹਨੇ ਅੱਧ ਕਿਲੋ ਰੋਜ਼ ਸਾਡੇ ਘਰ ਭੇਜ ਦੇਣਾ। ਵਾਹ! ਜਿੱਦਣ ਉਹਨੇ 20 ਪੂਰੇ ਹੋ ਜਾਣੇ ਆ, ਉੱਧਰੋਂ ਉਹਨੇ 20 ਹੋਰ ਲੈ ਜਾਣੇ, ਹਾਂਜੀ। ਅਤੇ ਇਹਨਾਂ ਦੀ ਮਿਹਰਬਾਨੀ, ਦੁੱਧ, ਘੇ, ਮੱਖਣ, ਗੋਸ਼ ਖਾਣਾ, ਅਤੇ ਆਪੇ ਸਿਹਤ ਅੱਛੀ ਹੁੰਦੀ ਆ। ਤੁਸੀਂ ਤੋਰਾ ਫੇਰਾ ਹੁਣ ਵੀ ਕਰਦੇ ਹੋ? ਤੋਰਾ ਫੇਰਾ, ਹਾਂ ਤੋਰਾ ਫੇਰਾ ਜੀ, ਮੈਂ ਇੱਕ ਤਾਂ ਮੇਰੀ ਪੱਕੀ ਆਦਤ ਜਿਹੜੀ ਆ, ਖਾਣਾ ਖਾ ਕੇ ਰਾਤ ਨੂੰ ਨਾ ਜਿਹੜਾ ਹੈਗਾ ਉਹ ਜ਼ਰੂਰ ਤੋਰਨਾ। ਵਾਹ! ਹਾਂਜੀ, ਜ਼ਰੂਰ ਤੋਰਨਾ, ਘੱਟ ਤੋਂ ਘੱਟ 100 ਕਦਮ ਤਾਂ ਚੱਲ ਆਦਮੀ ਤੋਰਨਾ। ਵਾਹ ਜੀ ਵਾਹ! ਹਾਂਜੀ, ਅਤੇ ਕਈ ਵਾਰੀ ਦਿਨੇ ਤੁਰਾਂ ਤਾਂ ਫਿਰ ਮੈਂ 200 ਕਦਮ ਵੀ ਤੁਰ ਲੈਣਾ। ਇੱਦਾਂ ਵਰਜਿਸ਼ ਛੱਡੀ ਨਹੀਂ, ਇਹ ਵੀ ਵਰਜਿਸ਼ ਹੀ ਹੁੰਦੀ ਆ। ਰਾਤੀ ਕਿੰਨੇ ਵਜੇ ਸੌਂ ਜਾਂਦੇ ਹੋ? ਰਾਤੀ ਜੀ ਇਸ਼ਾ ਤੋਂ ਬਾਅਦ ਮੇਰੇ ਕੋਲ ਇੱਕ ਮੇਰਾ ਪੜਪੋਤਾ ਹੁੰਦਾ। ਅੱਛਾ ਜੀ, ਅੱਛਾ। ਮੇਰੇ ਕਮਰੇ 'ਚ ਮੇਰਾ ਕਮਰਾ ਲਹਿਦਾ ਵਾ, ਅੱਲਾ ਨੇ ਹਰ ਚੀਜ਼ ਉਹਦੇ 'ਚ ਦਿੱਤੀ ਹੈ, ਹਰ ਕਿਸਮ ਦੀ ਸਹੂਲਤ ਉਹਦੇ 'ਚ ਹੈਗੀ ਮੇਰੇ ਕਮਰੇ 'ਚ, ਹੈਂਜੀ। ਅਤੇ ਉਹਨੂੰ ਇੱਕ ਦੋਤਾ ਅਤੇ ਇੱਕ ਬਾਅਦ ਜਿਹਾ 'ਚ ਤੁਹਾਡਾ ਇੱਥੇ ਮੁੰਡਾ ਫਿਰਦਾ ਸਾਡਾ ਐਨਕਾਲ ਆ, ਇਹ ਪੋਤਾ ਪੜਪੋਤਾ 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 ਇਹ ਤਾਂ ਇੱਕ ਪੜਦੋਤਾ ਪਿੰਡ 'ਚ ਹੀ ਹੋਏ, ਉਹਨਾਂ ਦੋਨਾਂ ਨੇ ਕੁਰਾਨੇ ਪਾ ਕੇ ਹਿਫਜ਼ ਕੀਤੇ ਮਾਸ਼ਾ ਅੱਲਾਹ। ਅਤੇ ਫਿਰ ਉਹ ਵੀ 10 ਜਮਾਤਾਂ ਪੜ੍ਹੀਆਂ ਨੇ, ਉਹਨੇ ਵੀ 10 ਜਮਾਤਾਂ ਪੜ੍ਹੀਆਂ, ਅਤੇ ਇਹ ਤਾਂ ਹੁਣ ਜਿਹੜਾ ਸੀ ਆਪਣੇ ਕੰਮ ਕਰਨ ਲੱਗ ਪਏ। ਹੁਣ 2 ਹੋਰ ਹੁਣ ਤਿਆਰ ਹੋਏ, ਇੱਕ ਮੇਰਾ ਪੜਪੋਤਾ ਤਾਰਕ ਜਿਹੜਾ, ਇਹਦਾ ਬੇਟਾ ਇੱਕੋ ਹੀ ਹੈ, ਉਹ ਇੱਕ ਦੂਏ ਦਾ ਉਹ ਐਨਕਾਂ ਵਾਲੇ ਦਾ ਭਰਾ ਛੋਟਾ,
ਉਹ 22-22 ਸਪਾਰੇ ਹੁਣ ਉਹ ਹਾਫਜ਼ ਹੋ ਰਹੇ। ਹਾਂਜੀ, ਅਤੇ ਤੁਸੀਂ ਕਿੰਨੇ ਵਜੇ ਸੌ ਜਾਂਦੇ ਹੋ ਰਾਤ ਨੂੰ? ਹਾਂ, ਸੌ ਜਾਂਦਾ ਜੀ ਮੈਂ 9-10 ਵਜੇ 9-10 ਵਜੇ ਸੌ ਜਾਂਦਾ। ਸਵੇਰੇ ਕਿਸ ਵੇਲੇ ਉੱਠ ਪੈਂਦੇ ਹੋ? ਸਵੇਰੇ ਮੈਂ 4 ਵਜੇ ਉੱਠ ਖੜੋਨਾ ਜੀ। ਅਤੇ ਦਿਨ ਨੂੰ ਵੀ ਸੌਂਦੇ ਹੋ ਜਾਂ ਨਹੀਂ ਸੌਂਦੇ? ਨਹੀਂ, ਦਿਨ ਨੂੰ ਨਹੀਂ, ਕਦੀ ਕਦੀ ਸੌ ਜਾਂਦਾ, ਚਾਰ ਸ਼ਾਮ ਰਾਤ ਸੁਬਹਾ ਨੂੰ ਮੈਂ 4 ਵਜੇ ਉੱਠ ਖੜੋਨਾ ਜੀ। 4 ਵਜੇ ਉੱਠ ਕੇ ਫਿਰ ਵਾਧੂ ਕਰਨਾ, ਨਮਾਜ਼ ਪੜ੍ਹਨੀ, ਅੱਲਾ ਕਰਦੇ ਰਹਿਣਾ। ਅੱਛਾ, ਨਾਸ਼ਤੇ 'ਚ ਕੀ ਖਾਂਦੇ ਹੋ? ਨਾਸ਼ਤੇ ਜੀ, ਹਾਂ, ਨਾਸ਼ਤਾ ਸਾਡਾ ਜ਼ਿੰਮੇਦਾਰਾਂ ਦੇ ਹੁਣ ਜੇ ਨਾਸ਼ਤੇ 'ਚ ਬ੍ਰੈਡ ਹੁੰਦੀ ਹੈ, ਅੰਡਾ ਹੁੰਦਾ ਹੈ, ਹਾਂਜੀ, ਹਾਂ, ਬਸ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਖਾ ਲੈਂਦੇ। ਅੱਛਾ ਅੱਛਾ, ਠੀਕ ਹੈ ਠੀਕ ਹੈ, ਚਲੋ ਜੀ। ਬਿਫੋਰ ਬ੍ਰੇਕਸ, ਕੀ ਕਹਿ ਜਾਂਦੇ, ਬ੍ਰੇਕਫਾਸਟ, ਬਿਫੋਰ ਬ੍ਰੇਕਫਾਸਟ। ਚਾਹ ਸ਼ਾਹ ਵੀ ਪੀਂਦੇ ਹੋ? ਹਾਂ, ਚਾਹ ਪੀ ਲੈਂਦਾ ਜੀ, ਚਾਹ ਪੀ ਲੈਂਦਾ ਇੱਕ ਟਾਈਮ। ਚਾਹ ਦੀ ਆਦਤ ਕਦੋਂ ਪਈ ਸੀ? ਪਹਿਲੇ ਤਾਂ ਨਹੀਂ ਪੀਂਦੇ ਹੋਵੋਗੇ ਕਦੇ? ਨਹੀਂ, ਚਾਹ ਦੀ ਆਦਤ ਜੀ ਇੱਦਾਂ ਹੋ ਗਈ ਜ਼ਿਆਦਾ, ਇਹ ਹੁਣ ਤਾਂ ਫਿਰ ਘਟਾਤੀ ਵੀ ਜਿੱਥੇ ਜਾਣਾ ਨਾ ਜੀ, ਉਹ ਪਟਵਾਰੀ ਸਾਹਿਬ ਆ ਗਿਆ ਜੀ, ਪਟਵਾਰੀ ਸਾਹਿਬ ਆ ਗਿਆ, ਬੈਠੋ ਜੀ ਬੈਠੋ ਜੀ ਬੈਠੋ ਜੀ, ਰੋਟੀ ਖਾਓ, ਨਹੀਂ ਚਾਹ ਤਾਂ ਪੀ ਲਓ, ਹੋਰ ਕੁਛ ਨਹੀਂ ਤਾਂ, ਉਹ ਚਾਹ ਪੀ ਲੈਣੀ ਬਸ, ਜਿਹੜਾ ਹੈਗਾ ਉੱਥੋਂ ਆਦਤ ਪੈ ਗਈ ਫਿਰ ਚਾਹ ਦੀ। ਹੁਣ ਰੋਟੀ ਖਾ ਕੇ ਚਾਹ ਲਾ ਪੀਂਦਾ ਮੈਂ ਸੁਬਹਾ ਨੂੰ, ਜਿਹੜਾ ਹੈਗਾ ਉਹ ਨਾਸ਼ਤਾ ਜਿਹੜਾ ਹੈਗਾ ਉਹ ਬ੍ਰੈਡ ਬਰੂਡ ਅਤੇ ਅੰਡਾ ਹੁੰਦਾ ਉਹ ਕਰਦਾ ਬਸ, ਰਾਤ ਦੁੱਧ ਪੀ ਲਈਦਾ ਕਦੀ। ਅੱਛਾ ਅੱਛਾ।